ਸਵੇਰੇ ਮੰਦਿਰ ਤੋਂ ਵਾਪਸ ਆਉਂਦੇ ਸਮੇਂ ਇੱਕ ਮਹਿਲਾ ਕੌਂਸਲਰ ਦੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦੋ ਨਕਾਬਪੋਸ਼ ਲੁਟੇਰੇ ਉਸਦਾ ਪਿੱਛਾ ਕਰਦੇ ਆਉਂਦੇ ਨੇ ਤੇ ਰਾਹ ਦੇ ਵਿੱਚ ਉਸਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਪਹਿਲਾਂ ਤਾਂ ਜ਼ਖਮੀ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਸਦੇ ਕੰਨਾਂ ਦੇ ਵਿੱਚੋਂ ਸੋਨੇ ਦੀਆਂ ਵਾਲੀਆਂ ਅਤੇ ਹੱਥ ਦੇ ਵਿੱਚ ਪਾਈ ਰਿੰਗ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਮਹਿਲਾ ਕੌਂਸਲਰ ਨੂੰ ਤੜਕੇ ਨਿਸ਼ਾਨਾ ਬਣਾਇਆ ਗਿਆ ਲੁਟੇਰਿਆਂ ਦੇ ਵੱਲੋਂ, ਜਿੱਥੇ ਕਿ ਕਿਹਾ ਜਾ ਰਿਹਾ ਕਿ ਇੱਕ ਮਹਿਲਾ ਕੌਂਸਲਰ ਆਪਣੀ ਜਠਾਣੀ ਦੇ ਨਾਲ ਸਵੇਰੇ ਮੰਦਿਰ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੀ ਸੀ ਤਾਂ ਘਰ ਤੋਂ ਸਿਰਫ ਕੁਝ ਮੀਟਰ ਦੀ ਦੂਰੀ ਦੇ ਉੱਤੇ ਹੀ ਦੋ ਬਦਮਾਸ਼ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ। ਨਕਾਬਪੋਸ਼ ਇਹਨਾਂ ਦੇ ਵੱਲੋਂ ਪਾਇਆ ਹੋਇਆ ਹੁੰਦਾ ਤੇ ਉਹ ਆਉਂਦੇ ਸਾਰ ਹੀ ਉਸਦੇ ਵੱਲੋਂ ਜੋ ਮਹਿਲਾ ਕੌਂਸਲਰ ਆ ਉਸਤੇ ਹਮਲਾ ਕਰ ਦਿੱਤਾ ਜਾਂਦਾ। ਹਾਲਾਂਕਿ ਹਮਲਾ ਕਰਨ ਤੋਂ ਬਾਅਦ ਕਿਹਾ ਜਾ ਰਿਹਾ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਉਸਦੇ ਸਿਰ ਦੇ ਵਿੱਚ ਕੀਤੇ ਜਾਂਦੇ ਨੇ ਤੇ ਜਾਂਦੇ ਜਾਂਦੇ ਜੋ ਔਰਤ ਨੇ ਕੰਨਾਂ ਦੇ ਵਿੱਚ ਵਾਲੀਆਂ ਪਾਈਆਂ ਹੁੰਦੀਆਂ ਨੇ ਉਹ ਲੁੱਟ ਕੇ ਅਤੇ ਰਿੰਗ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜੋ ਮਹਿਲਾ ਕੌਂਸਲਰ ਆ ਉੱਥੇ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੀ ਹੈ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ। ਉੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਹੁਣ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਤਾਂ ਹੁਣ ਦੱਸ ਦਈਏ ਕਿ ਹੁਸ਼ਿਆਰਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਮੱਥਾ ਟੇਕ ਕੇ ਮੰਦਿਰ ਚੋਂ ਵਾਪਸ ਆ ਰਹੀ ਇੱਕ ਮਹਿਲਾ ਕੌਂਸਲਰ ਨੂੰ ਲੁੱਟਿਆ ਗਿਆ, ਤੇਜ਼ ਧਾਰ ਹਥਿਆਰਾਂ ਦੇ ਨਾਲ ਉਸਦੇ ਉੱਤੇ ਹਮਲਾ ਕੀਤਾ ਗਿਆ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਤਲਾ ਮਾਤਾ ਨੂੰ ਵਾਪਸ ਆ ਰਹੇ ਸੀਗੇ, ਦੋ ਬੰਦੇ ਆਏ ਮੇਰੇ ਅੱਗੇ ਆ ਕੇ ਖੜਾ ਹੋ ਗਿਆ। ਮੈਨੂੰ ਕਹਿੰਦਾ ਆਂਟੀ ਜੀ ਆਂਟੀ ਜੀ, ਮੈਂ ਕੀ ਗੱਲ ਆ, ਮੇਰਾ ਦੋ ਤੇ ਸਿਰ ਚੂ ਨੇ ਇੱਦਾਂ ਧੱਫਾ ਮਾਰਿਆ, ਫਿਰ ਲੰਮੀ ਪਈ ਦੇ, ਫਿਰ ਕੋਈ ਨਹੀਂ ਕੀ ਕੁਛ ਮਾਰਿਆ ਉਹਨੇ ਮੇਰੇ। ਤੇ ਕੀ ਲੈ ਗਈ ਤੁਹਾਡੇ ਕੋਲ ਗਈ? ਮੇਰਾ ਟੋਪਸ ਲੈ ਗਿਆ ਲਾ ਕੇ, ਦੋ ਜਣੇ ਇਹਨਾਂ ਦਾ ਪਿੱਛਾ ਕਰਦੇ ਗਲੀ ਦੇ ਵਿੱਚ ਹੀ ਆ ਕੇ ਇਹਨਾਂ ਨੂੰ ਘੇਰ ਲਿਆ, ਘੇਰ ਕੇ ਇਹਦੇ ਸਿਰ ਦੇ ਵਿੱਚ ਕੋਈ ਤਿੱਖੀ ਚੀਜ਼ ਮਾਰੀ ਆ ਜਿਹਦੇ ਨਾਲ ਇੱਥੇ ਕਾਫੀ ਐਡਾ ਸਾਰਾ ਟੱਕ ਜਿਹੜਾ ਲੱਗਾ ਇੰਨਾ ਡੂੰਘਾ ਆ ਉਹ, ਅਤੇ ਇਹ ਡਿੱਗ ਗਈ ਆ ਜੀ। ਇੱਕ ਮੁੰਦੀ ਲਾਈ ਆ ਅਤੇ ਇੱਕ ਟੋਪਸ ਲਾਏ ਆ, ਲਾ ਕੇ ਤੋਹ ਦੌੜ ਗਏ ਆ। ਅਤੇ ਅਸੀਂ ਤਾਂ ਇਹੋ ਹੀ ਸਾਰਿਆਂ ਨੂੰ ਸਰਕਾਰ ਅੱਗੇ ਵੀ ਫਰਿਆਦ ਕਰਦੇ ਹਾਂ ਕਿ ਭਾਈ ਇੱਦਾਂ ਦੇ ਜਿਹੜੇ ਆ ਚੋਰੀਆਂ ਚੱਕੇ ਜਿਹੜੇ ਚੋਰ ਫਿਰਦੇ ਆ, ਨਸ਼ੇੜੀ ਫਿਰਦੇ ਆ, ਅਤੇ ਜੇ ਇਹਨਾਂ 'ਤੇ ਚੰਗੀ ਤਰ੍ਹਾਂ ਨੱਥ ਨਾ ਪਾਈ ਤਾਂ ਮੈਨੂੰ ਲੱਗਦਾ ਵੀ ਘਰਾਂ 'ਚ ਆ ਕੇ ਵੀ ਲੁੱਟ ਲੁੱਟ ਕੇ ਜਾਣਗੇ। ਅੱਗੇ ਬਾਜ਼ਾਰ ਦੇ ਵਿੱਚ ਵੀ ਇੱਦਾਂ ਦਾ ਕੰਮ ਹੋਇਆ ਸੀ, ਉਹ ਲੇਡੀ ਨੂੰ ਘਰ ਦੇ ਵਿੱਚੋਂ ਲੈ ਗਏ ਸੀ ਤਾਂ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ। ਅਤੇ ਜੇ ਇਹ ਬੰਦੇ ਇਹ ਨਹੀਂ ਫੜਨਗੇ ਤਾਂ ਅਸੀਂ ਗਾਂਹ ਦੀ ਕਾਰਵਾਈ ਕੀ ਕਰਾਂਗੇ? ਅਸੀਂ ਸਾਰੇ ਕੌਂਸਲਰ ਹਾਂ, ਮੇਰੀ ਵਾਈਫ ਵੀ ਕੌਂਸਲਰ ਹਾਂ, ਮੈਂ ਵੀ 3 ਵਾਰੀ ਕੌਂਸਲਰ ਰਹਿ ਚੁੱਕਾ, ਅਤੇ ਸਾਰੇ ਅਸੀਂ ਇਕੱਠੇ ਹੋ ਕੇ ਤਾਂ ਫਿਰ ਅਸੀਂ ਇਹੋ ਜੋ ਵੀ ਸਾਨੂੰ ਕਰਨਾ ਪਿਆ ਅਤੇ ਅਸੀਂ ਉਹ ਕਰਾਂਗੇ। ਨਹੀਂ ਤਾਂ ਇਹ ਬੰਦੇ ਜਿਹੜੇ ਆ, ਅਸੀਂ ਕਹਿੰਦੇ ਹਾਂ ਵੀ ਕੈਮਰੇ ਲੱਗੇ ਆ, ਕੈਮਰਿਆਂ ਦੇ ਵਿੱਚੋਂ ਅੱਜ ਬੰਦੇ ਸਾਨੂੰ ਹਾਜ਼ਰ ਚਾਹੀਦੇ ਆ। ਜੇ ਇਹਦੀ ਜਾਨ ਚੱਲ ਜਾਂਦੀ ਤਾਂ ਸਾਡੇ ਪੱਲੇ ਤਾਂ ਕੁਛ ਵੀ ਨਹੀਂ ਸੀਗਾ ਰਹਿ ਗਿਆ ਹੋਇਆ। ਤਾਂ ਅਸੀਂ ਇਹੋ ਹੀ ਕਹਿੰਦੇ ਹਾਂ ਵੀ ਸ਼ਾਮ ਤੱਕ ਪੁਲਿਸ ਅੱਗੇ ਵੀ ਇਹੋ ਹੀ ਫਰਿਆਦ ਕਰਦੇ ਹਾਂ ਅਤੇ ਸਰਕਾਰ ਅੱਗੇ ਵੀ ਆ, ਸ਼ਾਮ ਤੱਕ ਸਾਡੇ ਬੰਦੇ ਫੜ ਹੋਣੇ ਚਾਹੀਦੇ ਆ।